welcom guys ਤੁਸੀਂ ਦੇਖ ਰਹੇ ਹੋ ਮੇਰਾ ਚੈਨਲ aisles with sofia ਅੱਜ ਆਪਾਂ ਕਰਨ ਲੱਗੇ ਆ 22 ਕਯੂ ਕਾਰਡ ਡਿਸਕ੍ਰਾਈਬਰ ਟਾਈਮ ਇੱਕ ਉਹ ਟਾਈਮ ਦੱਸੋ ਜਦੋਂ ਤੁਸੀਂ ਅਪਾਇੰਟਮੈਂਟ ਮਿਸ ਕਰ ਦਿੱਤੀ ਹੋਵੇ ਹੁਨੇ ਹੁਨੇ ਹੀ ਮੈਂ 26 ਕਯੂ ਕਾਰਡ ਅਪਲੋਡ ਕੀਤਾ ਵੈ ਜਿਸ ਨੇ ਵੀਡੀਓ ਮਿਸ ਕੀਤੀ ਹੈ ਦੈਨ ਉਹ ਜ਼ਰੂਰ ਦੇਖੇ ਵੈਨ ਐਂਡ ਵੇਅਰ ਕਦੋਂ ਅਤੇ ਕਿੱਥੇ ਇਹ ਹੋਇਆ ਵਾਟ ਦਾ ਅਪਾਇੰਟਮੈਂਟ ਅਪਾਇੰਟਮੈਂਟ ਕਾਦੇ ਵਾਸਤੇ ਸੀ ਵਾਟ ਹੈਪਨਡ ਵੈਨਿਊ ਮਿਸ ਕੀ ਹੋਇਆ ਜਦੋਂ ਤੁਸੀਂ ਅਪਾਇੰਟਮੈਂਟ ਮਿਸ ਹੋ ਗਈ ਥੈਨ ਤੁਹਾਡ ਨਾਲ ਕੀ ਹੋਇਆ ਦੈਟਸਪਲੇਨ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਅਪਾਇੰਟਮੈਂਟ ਨੂੰ ਮਿਸ ਕਰਨ ਤੋਂ ਬਾਅਦ ਗਾਇਸ ਕਿਉ ਕਾਰਦੀ ਇੰਟਰੋਡਕਸ਼ਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਨੀ ਆ ਅਗਰ ਤੁਸੀਂ ਸਿੰਗਲ ਮੋਡਿਊਲ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਥੈਨ ਇਸ ਵਟਸਐਪ ਨੰਬਰ ਤੇ ਜ਼ਰੂਰ ਕੰਟੈਕਟ ਕਰਨਾ ਵੈਲ ਆਈ ਏਮ ਨੋਟ ਅ ਹਾਈਪਰਥਮੀਸੀਆ ਪਰਸਨ ਹਾਈਪਰਥਮੀਸੀਆ ਮਤਲਬ ਕਿ ਮੈਂ ਇੱਕ ਉਹ ਪਰਸਨ ਨਹੀਂ ਰਹੇਗਾਗਾ ਜਿਹਨੂੰ ਹਰ ਚੀਜ਼ ਯਾਦ ਰਹਿੰਦੀ ਹੈ ਆਈ ਫੋਰਗਟ ਮੈਨੀ ਨਾਰਮਲ ਥਿੰਗਸ ਮੈਨੂੰ ਬਹੁਤ ਜਲਦੀ ਨਾਰਮਲ ਥਿੰਗਸ ਫੋਰਗਟ ਹੋ ਜਾਂਦੀਆਂ ਮੈਂ ਇਨ ਮਾਈ ਡੇਲੀ ਲਾਈਫ ਆਈ ਊਡ ਲਾਈਕ ਟੂ ਟਾਕ ਅਬਾਊਟ ਹੁਣ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਾਂਗਾ ਉਸ ਅਪਾਇੰਟਮੈਂਟ ਦੇ ਬਾਰੇ ਜਿਹੜੀ ਮੈਂ ਮਿਸ ਕਰ ਦਿੱਤੀ ਉਹ ਅਪਾਇੰਟਮੈਂਟ ਮੇਰੀ ਕਿਹਦੇ ਨਾਲ ਸੀ ਡਾਕਟਰ ਦੇ ਨਾਲ ਆਪਾਂ ਸਟਾਰਟਿੰਗ ਚ ਦੱਸ ਦਿੱਤਾ ਵੈਨ ਅਤੇ ਵੇਅਰ ਕਦੋਂ ਅਤੇ ਕਿੱਥੇ ਉਹ ਅਪਾਇੰਟਮੈਂਟ ਕਾਦੇ ਲਈ ਸੀ ਦੋਨਾਂ ਕੁਐਸਚਨਸ ਨੂੰ ਆਪਾਂ ਕੀ ਕਰ ਦਿੱਤਾ ਇਕੱਠਿਆ ਆਈ ਵਿਵਿਡਲੀ ਰਿਮੈਂਬਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਪਿਛਲੇ ਸਾਲ ਆਈ ਟੁਕ ਮੈਂ ਅਪਾਇੰਟਮੈਂਟ ਲਿੱਤੀ ਸੀ ਆਈ ਟੈਸਟ ਵਾਸਤੇ ਕਿਉਂਕਿ ਮੈਂ ਇੱਕ ਸਟੂਡੈਂਟ ਸੀ ਤੇ ਮੈਂ ਆਨਲਾਈਨ ਕਲਾਸਿਸ ਅਟੈਂਡ ਕਰਦਾ ਸੀ ਲੈਪਟਾਪ ਦੇ ਉੱਤੇ ਜਿਸ ਦੇ ਨਾਲ ਮੇਰੀ ਕਲਾ ਮੇਰੇ ਆਈਸ ਦੇ ਵਿੱਚ ਜਨਰਲੀ ਵਾਟਰਫਿਲ ਹੋ ਜਾਂਦਾ ਸੀ ਆਈ ਡਿਸਾਈਡਡ ਮੈਂ ਡਿਸਾਈਡ ਕੀਤਾ ਡਾਕਟਰ ਦੇ ਨਾਲ ਕੰਸਲਟ ਕਰਨ ਦਾ ਇਸ ਟਾਪਿਕ ਦੇ ਉੱਤੇ ਮੈਂ ਅਪਾਇੰਟਮੈਂਟ ਬੁੱਕ ਕੀਤੀ 2 ਵੀਕਸ ਬਿਫੋਰ ਬਿਕੋਜ਼ ਕਿਉਂਕਿ ਮੈਂ ਉਦੋਂ ਫ੍ਰੀ ਸੀ ਆਈ ਥੋਟ ਥੈਟ ਆਈ ਊਡ ਨਾਟ ਬੀ ਅ ਟ੍ਰਿਕੀ ਟਾਸਕ ਮੈਨੂੰ ਨਹੀਂ ਲੱਗਦਾ ਕਿ ਕੋਈ ਟ੍ਰਿਕੀ ਟਾਸਕ ਹੋਏਗਾ ਫਾਰ ਮੀ ਟੂ ਅਟੈਂਡ ਐਨ ਅਪਾਇੰਟਮੈਂਟ ਅਪਾਇੰਟਮੈਂਟ ਨੂੰ ਅਟੈਂਡ ਕਰਨਾ ਮੇਰੇ ਲਈ ਕੋਈ ਔਖਾ ਟਾਸਕ ਹੋਵੇਗਾ ਮੈਨੂੰ ਇਦਾਂ ਲੱਗਦਾ ਸੀ ਪਰ ਬਟ ਆਫਟਰ ਅ ਫਿਊ ਡੇਸ ਬਟ ਕੁਝ ਦਿਨਾਂ ਤੋਂ ਬਾਅਦ ਮੇਰੇ ਫਰੈਂਡ ਨੇ ਇੱਕ ਪਲਾਨ ਬਣਾਇਆ ਟ੍ਰਿਪ ਦੇ ਉੱਤੇ ਜਾਣ ਦੇ ਲਈ ਆਈ ਐਗਰੀ ਮੈਂ ਉਹਦੇ ਨਾਲ ਸਹਿਮਤ ਹੋ ਗਿਆ ਇੱਕੋ ਦਮ ਜਲਦੀ ਜਲਦੀ ਆਈ ਫੋਰਗਟ ਮੈਂ ਤਾਂ ਅਪਾਇੰਟਮੈਂਟ ਦੇ ਬਾਰੇ ਭੁੱਲ ਹੀ ਗਿਆ ਆਈ ਫੋਰਗਟ ਅਬਾਊਟ ਮਾਈ ਅਪਾਇੰਟਮੈਂਟ ਇੱਥੇ ਥੋੜਾ ਜਿਹਾ ਉਦਾਸੀ ਵਾਲਾ ਮਤਲਬ ਮੂੰਹ ਬਣਾ ਲਿਆ ਜੇ ਫੇਸ ਬਣਾ ਲਿਆ ਜੇ ਆਪਣਾ ਐਕਸਪ੍ਰੈਸ਼ਨ ਵੀ ਮੈਟਰ ਕਰਦੇ ਆ ਆਈ ਫੋਰਗਟ ਅਬਾਊਟ ਮਾਈ ਅਪਾਇੰਟਮੈਂਟ ਸਮਝ ਲੱਗੀ ਡਰਾਣਾ ਦੇਣਾ ਜ਼ਾਮੀਨਰ ਨੂੰ ਵਟ ਹੈਪਨਡ ਵੈਨ ਯੂ ਮਿਸਡ ਕੀ ਹੋਇਆ ਜਦੋਂ ਤੁਸੀਂ ਮਿਸ ਕੀਤੀ ਆਫਟਰ 2 ਵੀਕਸ ਵੈਨ ਆਈ ਕੇਮ ਬੈਕ ਜਦੋਂ ਮੈਂ ਵਾਪਸ ਆਇਆ ਮੈਂ ਆਪਣੀ ਸਟੱਡੀ ਸਟਾਰਟ ਕੀਤੀ ਫਿਰ ਮੈਂ ਉਹੀ ਪ੍ਰੋਬਲਮ ਫੇਸ ਕੀਤੀ ਆਈ ਸਾਈਟ ਦੀ ਵਾਟਰ ਵਾਲੀ ਦੈਨ ਆਈ ਫੇਸਡ ਸੇਮ ਪ੍ਰੋਬਲਮ ਰਿਗਾਰਡਿੰਗ ਮਾਈ ਆਈ ਸਾਈਟ ਐਟ ਦੈਟ ਟਾਈਮ ਉਸ ਸਮੇਂ ਮੈਂ ਤਾਂ ਬਹੁਤ ਉਦਾਸ ਮਹਿਸੂਸ ਕੀਤਾ ਬਹੁਤ ਜ਼ਿਆਦਾ ਪਛਤਾਵਾ ਮਹਿਸੂਸ ਕੀਤਾ ਆਈ ਫੈਲਟ ਡਾਊਨ ਇਨ ਦ ਡੰਬਸ ਬਿਕੋਜ਼ ਆਫ ਮਾਈ ਨੈਗਲੀਜੈਂਸ ਆਪਣੀ ਲਾਪਰਵਾਹੀ ਦੇ ਉੱਤੇ ਦੈਨ ਆਈ ਬੁਕਡ ਮੈਂ ਅਨਦਰ ਅਪਾਇੰਟਮੈਂਟ ਲੀਤੀ ਐਂਡ ਫੂ ਪੂਰਾ ਪੂਰਾ ਬੈਨੀਫਿਟ ਲਿੱਤਾ ਫਾਇਦਾ ਲਿੱਤਾ ਟੁਕ ਫੁੱਲੀ ਬੈਨੀਫਿਟ ਆਫ ਇਟ ਬਾਈ ਸੈਟਿੰਗ ਰਿਮਾਈਂਡਰ ਔਨ ਮਾਈ ਫੋਨ ਮੈਂ ਆਪਣੇ ਫੋਨ ਦੇ ਉੱਤੇ ਰਿਮਾਈਂਡਰ ਸੈਟ ਕਰ ਲਿਆ ਸੀ ਤੇ ਉਹਦਾ ਅਪਾਇੰਟਮੈਂਟ ਦਾ ਪੂਰਾ ਫਾਇਦਾ ਲਿੱਤਾ ਐਕਸਪਲੇਨ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਅਪਾਇੰਟਮੈਂਟ ਤੇ ਬਾਰੇ ਨੋ ਡਾਊਟ ਇਸ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਕਿ ਮੈਨੂੰ ਫੈਲਟ ਬਲੂ ਫੈਲਟ ਬਲੂ ਦਾ ਮਤਲਬ ਕੀ ਹੁੰਦਾ ਵੈ ਬਹੁਤ ਜ਼ਿਆਦਾ ਉਦਾਸ ਇਹ ਇੱਕ ਈਡੀਅਮ ਹੈ ਠੀਕ ਹੈ ਤੁਹਾਡੇ ਬੈਂਡ ਸਕੋਰ ਅਪ ਹੁੰਦੇ ਆ ਹਾਂਜੀ ਗਾਇਸ ਮੈਂ ਇੱਕ ਈਡੀਅਮ ਤੇ ਵੀ ਵੀਡੀਓ ਅਪਲੋਡ ਕੀਤੀ ਹੈ ਕੱਲ ਅਗਰ ਤੁਸੀਂ ਮਿਸ ਕੀਤੀ ਹੈ ਤਾਂ ਜ਼ਰੂਰ ਦੇਖਣਾ ਬੈਂਡ ਸਕੋਰ ਆਪਣੇ ਆਪ ਵਧਣਗੇ ਦੇਖ ਲੈਣਾ ਆਈ ਫੈਲਟ ਬਲੂ ਔਨ ਮਾਈ ਮਿਸਟ੍ਰੇਕ ਮੈਂ ਆਪਣੀ ਮਿਸਟੇਕ ਦੇ ਉੱਤੇ ਉਦਾਸੀ ਮਹਿਸੂਸ ਕੀਤੀ ਬੁਰਾ ਮਹਿਸੂਸ ਕੀਤਾ ਬਟ ਆਈ ਪ੍ਰੋਮਿਸਡ ਬਟ ਮੈਂ ਆਪਣੇ ਆਪ ਨਾਲ ਪ੍ਰੋਮਿਸ ਕਰ ਲਿਆ ਕਿ ਐਂਡ दैट ਆਈ ਵਿਲ ਨੈਵਰ ਡੂ ਇਟ ਮੈਂ ਇਦਾਂ ਦਾ ਕਦੇ ਵੀ ਨਹੀਂ ਕਰਾਂਗਾ ਅਗੇਨ ਓਵਰ ਆਲ ਥਿਸ ਵਾਸ ਅ ਟਾਈਮ ਇਹ ਉਹ ਵਾਲਾ ਟਾਈਮ ਸੀ ਵੈਨ ਜਦੋਂ ਅਪਾਇੰਟਮੈਂਟ ਮਿਸ ਕੀਤੀ ਗਈ ਸੀ ਬਾਈ ਮੀ ਇਗਜ਼ਾਮੀਨਰ ਤੇ ਵਧੀਆ ਇਮਪ੍ਰੈਸ਼ਨ ਪਾਉਣ ਦੇ ਲਈ ਨਾ ਐਂਡਿੰਗ ਪੈਸਿਵ ਚ ਕਰ ਦਿਆ ਕਰੋ ਬੈਂਡ ਵੇਖਿਓ ਫਿਰ ਕਿਵੇਂ ਵੱਧਦੇ ਜਿਵੇਂ ਮਹਿੰਗਾਈ ਵੱਧਦੀ ਪਈ ਹੈ ਮਨ ਨੂੰ ਮੇਰੇ ਕਯੂ ਕਾਰਡ ਦੇ ਆਈਡੀਆਜ਼ ਵਧੀਆ ਲੱਗਦੇ ਹਨ ਨਾ ਦੈਨ ਵਿਦਆਊਟ ਐਨੀ ਹੈਜ਼ਿਟੇਸ਼ਨ ਸਬਸਕ੍ਰਾਈਬ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਇਸ ਚੈਨਲ ਨੂੰ ਵਿੱਚ ਇਵੈਂਟਸ ਇਨ ਯਰ ਕੰਟਰੀ ਮੋਸਟ ਪੀਪਲ ਫੋਰਗੇਟ ਕਿਹੜੇ ਇਵੈਂਟਸ ਅੱਜਕੱਲ੍ਹ ਲੋਕ ਤੁਹਾਡੇ ਕੰਟਰੀ ਦੇ ਵਿੱਚ ਭੁੱਲ ਜਾਂਦੇ ਆ ਵੈਲ ਇਹ ਤਾਂ ਟਫ ਐ ਜਨਰਲਾਈਜ਼ ਕਰਨਾ ਦੈਟ ਵਿੱਚ ਇਵੈਂਟਸ ਪੀਪਲ ਫੋਰਗੇਟ ਕਿ ਕਿਹੜੇ ਇਵੈਂਟਸ ਲੋਕ ਭੁੱਲਦੇ ਆ ਆਈ ਥਿੰਕ ਬਟ ਮੈਨੂੰ ਤਾਂ ਲੱਗਦਾ ਵੈ ਮੋਸਟ ਆਫ ਦਾ ਟਾਈਮ ਲੋਕ ਭੁੱਲਦੇ ਆ ਫੋਰਗਟ ði ਬਰਥਡੇ ਐਂਡ ਐਨੀਵਰਸਰੀ ਆਫ ðiਰ ਫੈਮਿਲੀ ਮੈਂਬਰਸ ਆਪਣੇ ਫੈਮਿਲੀ ਮੈਂਬਰਸ ਦੀ ਬਰਥਡੇ ਪਾਰਟੀ ਐਂਡ ਐਨੀਵਰਸਰੀਸ ਫੋਰਗੇਟ ਕਰ ਜਾਂਦੇ ਆ ਕਾਦੀਆਂ ਫੋਰਗੇਟ ਫੈਮਿਲੀ ਮੈਂਬਰਸ ਦੀਆਂ ਰਿਲੇਟਿਵਸ ਦੀਆਂ ਐਂਡ ਫਰੈਂਡਸ ਦੀਆਂ ਡੂ ਯੂ ਥਿੰਕ ਤੁਹਾਨੂੰ ਲੱਗਦਾ ਕਿ ਬਹੁਤ ਵਧੀਆ ਆਈਡੀਆ ਵੈ ਟੂ ਯੂਜ਼ ਇਲੈਕਟ੍ਰੋਨਿਕ ਡਿਵਾਈਸ ਨੂੰ ਯੂਜ਼ ਕਰਨਾ ਕਿ ਅਸੀਂ ਉਹਦੇ ਤੇ ਰਿਮਾਈਂਡਰ ਲਗਾ ਸਕੀਏ ਤੁਹਾਨੂੰ ਲੱਗਦਾ ਹੈ ਕਿ ਵਧੀਆ ਆਈਡੀਆ ਹੈ Nowadays ਅੱਜਕੱਲ੍ਹ ਲੋਕ ਇਹ ਪ੍ਰੋਬਲਮ ਸuffer ਕਰ ਰਹੇ ਐ ਦੈਟ ਦੇ ਫੋਰਗਟ ਕਿ ਉਹ ਜਲਦੀ ਚੀਜ਼ ਫੋਲ ਪੋਲ ਜਾਂਦੇ ਆ ਲਾਈਕ ਡੇਟਸ ਪੋਲ ਜਾਂਦੇ ਆ ਆਪਣੀ ਚੀਜ਼ਾਂ ਪੋਲ ਜਾਂਦੇ ਆ ਜਸਟ ਬਿਕੋਜ਼ ਆਫ देयर ਹੈਕਟਿਕ ਸਕੇਡਿਊਲ ਮਤਲਬ ਕਿ ਬਿਜ਼ੀ ਸਕੇਡਿਊਲ ਹੋਣ ਦੇ ਕਰਕੇ ਸੋ ਉਹਨਾਂ ਨੂੰ ਰਿਮਾਈਂਡਰ ਉਹਨਾਂ ਵਾਸਤੇ ਇੱਕ ਬੈਸਟ ਸੋਲੂਸ਼ਨ ਹੈ ਤਾਂ ਕਿ ਲੋਕ ਆਪਣਾ ਰਿਮਾਈਂਡਰ ਸੈੱਟ ਕਰ ਸਕਣ ਆਪਣੇ ਟੈਬਲੇਟਸ ਤੇ ਉੱਤੇ ਫੋਨ ਦੇ ਉੱਤੇ ਐਂਡ ਕੰਪਿਊਟਰ ਦੇ ਉੱਤੇ ਡੂ ਯੂ ਯੂਜ਼ देम ਯੂਜ਼ ਮਤਲਬ ਕਿ ਇੱਥੇ ਤੁਸੀਂ ਰਿਮਾਈਂਡਰ ਮੋਬਾਈਲ ਫੋਨ ਇਲੈਕਟ੍ਰੋਨਿਕ ਡਿਵਾਈਸਸ ਯੂਜ਼ ਕਰਦੇ ਹੋ ਯੈਸ ਆਈ ਸੈਟ ਦਾ ਅਲਾਰਮ ਫੋਰ ਐਨ ਆਲ ਇੰਪੋਰਟੈਂਟ ਟਾਸਕ ਮੈਂ ਵੀ ਯੂਜ਼ ਕਰਦਾ ਹਾਂ i not sure like dates anniversaries and regular dates next question haga how can modern technology modern technology kive help karde hai good memory nu rakhn de layi modern technology help karde hai to keep good memory kaade kaade through ਐਡਵਾਂਸ ਟੈਕਨੋਲੋਜੀ ਮੈਂ ਰਿਮਾਈਂਡਰ ਸੈੱਟ ਕਰ ਸਕਦਾ ਹਾਂ ਫੋਰ ਸਪੈਸ਼ਲ ਇਵੈਂਟਸ ਮੈਂ ਆਪਣੇ ਮੋਬਾਈਲ ਫੋਨ ਨੂੰ ਯੂਜ਼ ਕਰ ਸਕਦਾ ਐਂਡ ਕੈਪਚਰ ਕਰ ਸਕਦਾ ਐਂਡ ਇਟਸ ਅ ਪੋਸੀਬਲ ਇਟ ਜਸਟ ਪੋਸੀਬਲ ਹੈ ਫੋਰ ਐਡਵਾਂਸ ਟੈਕਨੋਲੋਜੀ ਕਰਕੇ ਇਸ ਹਿਊਮਨ ਮੈਮਰੀ ਇਹ ਮਨ ਜਿਹੜੀ ਮੈਮਰੀ ਹੈਗੀ ਹੈ ਜਿਹੜਾ ਮਨੁੱਖ ਦਾ ਦਿਮਾਗ ਹੈ ਉਹ ਅੱਜਕੱਲ ਇੰਪੋਰਟੈਂਟ ਹੈ ਨਾਊ ਅਡੇਸ ਯੈਸ ਹਿਊਮਨ ਮੈਮਰੀ ਬਹੁਤ ਜ਼ਿਆਦਾ ਕਰੂਸ਼ੀਅਲ ਹੈ ਇੰਪੋਰਟੈਂਟ ਹੈ ਬਿਕੋਜ਼ ਇਹ ਮਦਦ ਕਰਦੀ ਹੈ ਥਿੰਗਸ ਨੂੰ ਰਿਮਾਈਂਡ ਰੱਖਣ ਦੇ ਲਈ ਬਟ ਮੋਸਟ ਆਫ ਦੀ ਪੀਪਲ ਪਰ ਜ਼ਿਆਦਾਦਰ ਲੋਕ ਭੁੱਲ ਜਾਂਦੇ ਆ ਸੋ ਮੈਨੀ ਟਾਸਕ ਮੇ ਬੀ ਦੇ ਹੈਵ ਨੋ ਸ਼ਾਰਪ ਮੈਮਰੀ ਇਹਦਾ ਕਾਰਨ ਇਹ ਹੋ ਸਕਦਾ ਹੈ ਕਿ ਉਹਨਾਂ ਦੇ ਕੋਲ ਸ਼ਾਰਪ ਮੈਮਰੀ ਨਹੀਂ ਹੈਗੀ ਨੈਕਸਟ ਕੁਐਸਚਨ ਲਾਸਟ ਕੁਐਸਚਨ ਕੈਨ ਇਲੈਕਟ੍ਰੋਨਿਕ ਡਿਵਾਈਸਸ ਜਿਹੜੇ ਇਲੈਕਟ੍ਰੋਨਿਕ ਡਿਵਾਈਸਸ ਲਾਈਕ ਸਮਾਰਟਫੋਨਸ ਇਹ ਰਿਪਲੇਸ ਹੋ ਸਕਦਾ ਹੈ ਹਿਊਮਨ ਮੈਮਰੀ ਦੇ ਨਾਲ ਨੋ ヒューਮਨ મેમરી ਵੀ ਅੱਜ ਇੰਪੋਰਟੈਂਟ ਹੈ ਗਿਆ ਸਟਿਲ ਵੈਰ ਇੰਪੋਰਟੈਂਟ ਬਿਕੋਜ਼ ਕਿਉਂਕਿ ਜਿਹੜਾ ਹਿਊਮਨ ਹੈ ਉਹ ਸਾਰਾ ਕੁਝ ਆਪਣੇ ਮਾਈਂਡ ਦੇ ਵਿੱਚ ਯਾਦ ਨਹੀਂ ਰੱਖ ਸਕਦਾ ਹੈਗਾ ਵਿਦਆਊਟ ਅ ਮੈਮਰੀ ਤੋਂ ਬਿਨਾਂ ਬੀਜ਼ੀ ਸ케ਜੂਲ ਹੋਣ ਦੇ ਕਰਕੇ ਉਹਨੂੰ ਮਦਦ ਲੈਣੀ ਪੈਂਦੀ ਹੈ ਆਨ ਇਲੈਕਟ੍ਰੋਨਿਕ ਡਿਵਾਈਸਸ ਦੀ ਫਾਰ ਸੈਟਿੰਗ ਰਿਮਾਈਂਡਰ ਹੀ অর ਸ਼ੀ ਹੈਜ਼ ਟੂ ਟੇਕ ਹੈਲਪ ਆਫ ਇਲੈਕਟ੍ਰੋਨਿਕ ਡਿਵਾਈਸਸ ਫਾਰ ਸੈਟਿੰਗ ਰਿਮਾਈਂਡਰ ਹਾਂਜੀ ਗਾਇਸ ਫਿਰ ਕਯੂ ਕਾਰਡ ਦਾ ਆਈਡੀਆ ਕਿੱਦਾਂ ਦਾ ਲੱਗਿਆ ਕਮੈਂਟ ਬੋਥ ਸੇ ਵਿੱਚ ਜ਼ਰੂਰ ਦੱਸਿਆ ਜੇ ਜੁਆਇਨ ਕਰ ਲਿਆ ਜੀ ਮੇਰਾ ਟੈਲੀਗ੍ਰਾਮ ਚੈਨਲ ਆਇਲਸ ਵਿਦ ਸੋਫੀਆ ਫੋਰ ਮੋਰ ਅਪਡੇਟਸ ਆਫ ਆਇਲਸ ਓਕੇ ਗੋਡ ਬlesਸ ਯੂ ਨਾਓ ਯੂ ਹੈਵ ਟੂ ਸ਼ੇਅਰ ਮਾਈ ਚੈਨਲ ਆਇਲਸ ਵਿਦ ਸੋਫੀਆ ਸਪਰੈਡ ਕਰ ਦਿਓ 올 ਓਵਰ ði ਗਲੋਬ ਨਾਓ ਵੀ ਵਿਲ ਮੀਟ ਇਨ ði ਨੈਕਸਟ ਵੀਡੀਓ